ਕਈ ਹੋਰ ਚੀਜ਼ਾਂ ਵਾਂਗੂ ਪੰਜਾਬ ਸਰਕਾਰ ਦੀ ਪੀੜਿਤ ਪਰਿਵਾਰਾਂ ਵਾਸਤੇ ਮੁਆਵਜ਼ਾ ਦੇਣ ਦੀ ਅਤੇ ਨੌਕਰੀਆਂ ਦੇਣ ਦੀ ਕੋਈ ਇੱਕ ਸਾਫ਼ ਨੀਤੀ ਨਜ਼ਰ ਨਹੀਂ ਆ ਰਹੀ। ਆਲੋਚਨਾ ਤੋਂ ਬਚਣ ਲਈ ਜਿਹੜੇ ਲੋਕ ਅਤਵਾਦ ਖੜਕੂਵਾਦ ਜਾਂ ਹੋਰ ਕਾਰਨਾ ਕਰਕੇ ਸਰਕਾਰੀ ਡਿਊਟੀ ਤੇ ਮਾਰੇ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਵਾਸਤੇ ਸਰਕਾਰ ਵੱਖਰੇ ਵੱਖਰੇ ਮਾਪਦੰਡ ਅਪਣਾ ਰਹੀ ਏ। ਜਿਹੜੀ ਇਸ ਵਾਸਤੇ ਸਰਕਾਰ ਨੇ ਨੀਤੀ ਬਣਾਈ ਸੀ ਉਸ ਦੀ ਕੋਈ ਪਰਵਾਹ ਨਹੀਂ ਹੋ ਰਹੀ। ਇਸ ਮੁਤਾਬਕ ਅਤਵਾਦ ਹਮਲੇ ਚ ਮਾਰੇ ਜਾਣ ਵਾਲੇ ਸੁਰੱਖਿਆ ਕਰਮੀ ਨੂੰ 2 ਲੱਖ ਰੁਪਏ ਅਤੇ ਆਮ ਨਾਗਰਿਕ ਜ RAM ਸ਼ਰੀਆ ਨੂੰ 1 ਲੱਖ ਰੁਪਏ ਦੇਣਾ ਬਣਦਾ ਹੈ ਕੇਂਦਰੀ ਸਰਕਾਰ ਦੀ ਮਦਦ ਇਸ ਤੋਂ ਇਲਾਵਾ ਇਸ ਨੀਤੀ ਚ ਇਹ ਵੀ ਕਿਹਾ ਗਿਆ ਸੀ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਤੇ ਦਇਆ ਕਰਕੇ ਨੌਕਰੀ ਵੀ ਦਿੱਤੀ ਜਾਏਗੀ ਪਰ ਵੇਖੋ ਸਰਕਾਰ ਕੀ ਕਰਦੀ ਆਈਏ ਸਰਬਜੀਤ ਸਿੰਘ ਜਿਸ ਦੀ ਮੌਤ ਲਾਹੌਰ ਜੇਲ੍ਹ ਚ ਹੋਈ ਸੀ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤਾ ਗਿਆ ਉਸ ਦੀ ਇੱਕ ਬੇਟੀ ਨੂੰ ਨਰਦ ਸਿਲਦਾਰ ਦੀ ਨੌਕਰੀ ਵੀ ਦਿੱਤੀ ਗਈ ਅਤੇ ਦੂਸਰੀ ਨੂੰ ਇੱਕ ਗੈਸ ਏਜੰਸੀ ਬਾਅਦ ਚ ਅਲੋਟ ਹੋਈ ਏ ਜਿਹੜੇ ਐਸਆਈ ਰਵਿੰਦਰਪਾਲ ਸਿੰਘ ਦੀ ਇੱਕ ਅਕਾਲੀ ਲੀਡਰ ਹੱਥੋਂ ਮੌਤ ਹੋਈ ਸੀ ਉਸ ਦੀ ਬੇਟੀ ਨੂੰ ਵੀ ਨਾਇਬ ਸਿਲਦਾਰ ਬਣਾ ਦਿੱਤਾ ਗਿਆ ਐ ਐਸਪੀ ਬਲਜੀਤ ਸਿੰਘ ਜੋ ਦੀਨਾਨਗਰ ਚ ਮਾਰੇ ਗਏ ਉਹਨਾਂ ਦੇ بیٹے ਨੂੰ ਡੀਐਸਪੀ ਦੀ ਨੌਕਰੀ ਦਿੱਤੀ ਗਈ ਏ ਅਤੇ ਨਾਲ 25 ਲੱਖ ਰੁਪਈਆ ਵੀ ਦਿੱਤਾ ਗਿਆ ਏ ਜਿਹੜੇ ਹੋਮਗਾਰਡ ਦੇ ਜਵਾਨ ਇਸ ਹਮਲੇ ਚ ਮਾਰੇ ਗਏ ਉਹਨਾਂ ਨੂੰ 3-3 ਲੱਖ ਰੁਪਈਏ ਅਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਕਨਸਟੇਬਲ ਪੜਤੀ ਹੋਣ ਦਾ ਐਲਾਨ ਵੀ ਕੀਤਾ ਗਿਆ ਐ ਅੱਜ ਦੇ ਹਿੰਦੁਸਤਾਨ ਟਾਈਮਸ ਅਖਬਾਰ ਦੀ ਰਿਪੋਰਟ ਮੁਤਾਬਕ ਕਈ ਇਹੋ ਜਿਹੇ ਪੁਲਿਸ ਵਾਲੇ ਵੀ ਨੇ ਜਿਨ੍ਹਾਂ ਵਾਸਤੇ ਕੁਝ ਨਹੀਂ ਕੀਤਾ ਗਿਆ ਇਹਨਾਂ ਚ ਇੱਕ ਗੁਰਦੇਵ ਸਿੰਘ ਨਾਂ ਦੇ ਏਐਸਆਈ ਵੀ ਸ਼ਾਮਲ ਨੇ ਇਹਨਾਂ ਨੂੰ ਫਗਵਾੜਾ ਨੇੜੇ 2013 ਚ ਡਰੱਗਸ ਦੀ ਤਸਕਰੀ ਕਰਨ ਵਾਲੇ ਕੁਝ ਲੋਕਾਂ ਨੇ ਇਹ ਸ਼ੰਕਾ ਵਾ ਕਿ ਉਹਨਾਂ ਲੋਕਾਂ ਨੇ ਮਾਰ ਦਿੱਤਾ ਸੀ ਇਹ ਚੀਜ਼ਾਂ ਸਰਕਾਰ ਦੀ ਕਾਗਜ਼ਦਾਰੀ ਬਾਰੇ ਕੋਈ ਚੰਗਾ ਪ੍ਰਭਾਵ ਨਹੀਂ ਦਿੰਦੀਆਂ ਨੌਕਰੀਆਂ ਤੇ ਮੁਆਵਜ਼ਾ ਰੂਲਾ ਮੁਤਾਬਕ ਦਿੱਤਾ ਜਾਣਾ ਚਾਹੀਦਾ ਹੈ ਨੌਕਰੀਆਂ ਜ਼ਰੂਰ ਦਿਓ ਪਰ ਇਹੋ ਜਿਹਿਆਂ ਜਿਨ੍ਹਾਂ ਨਾਲ ਪਰਿਵਾਰ ਨੂੰ مالی ਸਹਾਇਤਾ ਮਿਲ ਸਕੇ ਫੌਜ ਅਤੇ ਪੁਲਿਸ ਵਰਗੇ ਸੁਰੱਖਿਆ ਅਦਾਰਿਆਂ ਚ ਅਫਸਰ ਬਣ ਲਈ ਆਫੀਸਰ ਲਾਈਕ ਕੁਆਲਟੀਜ਼ ਜ਼ਰੂਰੀ ਨੇ ਇਹ ਹੋਣੀਆਂ ਚਾਹੀਦੀਆਂ ਨੇ ਅਤੇ ਉਹ ਸਖਤ ਟ੍ਰੇਨਿੰਗ ਤੋਂ ਬਾਅਦ ਹੀ ਨੌਕਰੀ ਚ ਤਾਇਨਾਤ ਹੋ ਸਕਦੇ ਨੇ ਜੇ ਤੁਸੀਂ ਸੁਰੱਖਿਆ ਅਦਾਰਿਆਂ ਚ ਇਸ ਤਰ੍ਹਾਂ ਨੌਕਰੀਆਂ ਦੇਣ ਲੱਗ ਪਏ ਤਾਂ ਇਸ ਦਾ ਸਾਫ ਅਸਰ ਇਹਨਾਂ ਅਦਾਰਿਆਂ ਦੀ ਕਾਰਗੁਜ਼ਾਰੀ ਉੱਪਰ ਨਜ਼ਰ ਆਵੇਗਾ ਕੁਝ ਹੱਦ ਤੱਕ ਇਹ ਪੰਜਾਬ ਪੁਲਿਸ ਚ ਆਲਰੇਡੀ ਦਿਖ ਰਿਹਾ ਹੈ